Enişe sen sulae Darşan parse akuge Canım ömrün dukh jay Satnam Sri Vahiguru Ji Tantan Guru Grihun Vahar Vahiguru Ji Uttana Sri Mella Pnama Jiska tan man tan sab jiska sohi sugul sujani Tinhi suniya dukh sukh mera tab dhani ki khatani ਜਿਸਦਾ ਤਨ ਮਨ ਧਨ ਸਭ ਤਿਸਕਾ ਸੋਈ ਸੂਲ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤਾ ਬਿਦਨੀ ਕੀ ਖਟਾਨੀ ਜੀ ਕੀ ਇਹ ਪੈ ਇਸ ਕਹੀ ਪੈਮਾਨੀ ਅਵਰ ਜਤਨ ਕਰ ਰੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਹੁ ਅੰਮ੍ਰਿਤ ਨਾਮ ਨਿਰਬੋਲ ਹੀਰਾ ਗੁਰ ਦੀਨੋ ਮੰਤਾਨੀ ਡਿਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਹੋਏ ਜੋ ਬੀਜ ਹਮ ਤੁਮ ਗਜ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂਤੇ ਕਨਕ ਬਖਾਨੀ ਪ੍ਰਗਟੇ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਦ ਬਾਨੀ ਕਉ ਨਾਨਕ ਨੇ ਜਲ ਘਰ ਬਾਂਧਿਓ ਗੁਰ ਕੀ ਪ੍ਰਗਟੇ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਦ ਬਾਨੀ ਕਉ ਨਾਨਕ ਨੇ ਚਲ ਘਰ ਬਾਂਧਿਓ ਗੁਰ ਕੀ ਓ ਬੰਧਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਗੁਰੂ ਸਾਹਿਬ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਪੁੱਤਰ ਬਚਨਾਥ ਜੀ ਨੇ ਗੁਰੂ ਨਾਨਕ ਸਾਹਿਬ ਕੀਤਾ ਜਿਸ ਕਾ ਤਨ ਮਨ ਸਭ ਕੁਛ ਵਾਹਿਗੁਰੂ ਦਾ ਉਸ ਪਰਮੇਸ਼ਰ ਦਾ ਦਿੱਤਾ ਹੋਇਆ ਬਰਕੋਲ ਹੈ ਜਿਤਨੀਆਂ ਵੀ ਵਸਤੂਆਂ ਨੇ ਜੋ ਕੁਛ ਵੀ ਪਦਾਰਥ ਨੇ ਜਿਤਨਾ ਕੁਛ ਵੀ ਅਸੀਂ ਵੇਖਦੇ ਹਾਂ ਉਹ ਸਭ ਕੁਛ ਪਰਮੇਸ਼ਰ ਕਾਰਨ ਵਾਹਿਗੁਰੂ ਦਾ ਦਿੱਤਾ ਇਸ ਕਰਕੇ ਸਤਿਗੁਰੂ ਗਰੀਬਨ ਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਮਨੁੱਖ ਐਸਾ ਸੋਚਦਾ ਕਿ ਤਨ ਮੇਰਾ ਕਿ ਮਨ ਮੇਰਾ ਇਹ ਤਨ ਮੇਰਾ ਹੈ ਪਰ ਗਰੀਬਨ ਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਹਿੰਦੇ ਨੇ ਨਹੀਂ ਇਹ ਤਨ ਵੀ ਉਸਦਾ ਇਹ ਮਨ ਵੀ ਉਸਦਾ ਤਨ ਵੀ ਉਸਦਾ ਸਭ ਕੁਝ ਉਸਦਾ ਇਸ ਕਰਕੇ ਜਿਹਨਾਂ ਨੂੰ ਇਸ ਗੱਲ ਦੀ ਸਮਝ ਆਈ ਹੈ ਜਿਹਨਾਂ ਨੇ ਇਸ ਗੱਲ ਨੂੰ ਜਾਣਿਆ ਜਿਹਨਾਂ ਨੇ ਇਸ ਗੱਲ ਨੂੰ ਯਕੀਨ ਵਿੱਚ ਲੈ ਕੇ ਆਉਂਦਾ ਫਿਰ ਉਹ ਪਰਮੇਸ਼ਰ ਪ੍ਰਕਾਰ ਵਾਹਿਗੁਰੂ ਨੂੰ ਸੌਂਪਣ ਲੱਗੀਆਂ ਵੀ ਕਹਿੰਦੇ ਨੇ ਤਨ ਮਨ ਧਨ ਸਾਰਾ ਕੁਛ ਤੇਰਾ ਇਸ ਕਰਕੇ ਜੇ ਮੈਂ ਤੇਰੇ ਵੀ ਸੌਂਪਣ ਲੱਗਾ ਤਾਂ ਮੇਰਾ ਹੈ ਵੀ ਕੀ ਮੈਂ ਕੀ ਸੌਂਪਾਂ ਤੇਰੇ ਇਸ ਕਰਕੇ ਬਾਬਾ ਕਬੀਰ ਜੀ ਦੀ ਪਵਿੱਤਰ ਮੁਬਾਰਕ ਰਸਾਂ ਤੋਂ ਉਚਾਰਨ ਕੀਤਾ ਹੋਇਆ ਬਚਨ ਤੁਹਾਨੂੰ ਮੈਂ ਹੁਣੇ ਪੜ੍ਹ ਕੇ ਸੁਣਾਇਆ ਸੀ ਪਾਤਸ਼ਾਹ ਜੀ ਦੀ ਵਾਰ ਦੇ ਸਮਾਪਤੀ ਵੇਲੇ ਕਬੀਰ ਮੇਰਾ ਮੁਝ ਮੈਂ ਤਾਂ ਵਾਪਦੇ ਨਾ ਜੇ ਉਹ ਕਹਿਣ ਵੀ ਮਨ ਵੀ ਮੇਰਾ ਤਨ ਵੀ ਮੇਰਾ ਧਨ ਵੀ ਮੇਰਾ ਤੇ ਫਿਰ ਉਹ ਗੱਲ ਥੋੜ੍ਹਾ ਆ ਸਕਦਾ ਇਸੇ ਕਰਕੇ ਆਖਦੇ ਕਹਿੰਦੇ ਮੇਰਾ ਮੁਝ ਮੈਂ ਕਿਛ ਨਹੀਂ ਤੇ ਜੇ ਕੁਛ ਹੈ ਕੋਈ ਕਿਸਦਾ ਜੇ ਧਿਆਉਣਾ ਨਹੀਂ ਤੇ ਕੋਈ ਕਿਸਦਾ ਕਰੋ ਉਹ ਕਹਿੰਦੇ ਜੋ ਕੁਛ ਹੈ ਸੋ ਤੇਰਾ ਵਾਹਿਗੁਰੂ ਜੀ ਉਹ ਤੇਰਾ ਇਸ ਕਰਕੇ ਉਹ ਤੇਰਾ ਹੋਣ ਕਰਕੇ ਮੇਰਾ ਨਹੀਂ ਹੈ ਉਹ ਤੇਰਾ ਇਸ ਕਰਕੇ ਜਦੋਂ ਇਸ ਗੱਲ ਦੀ ਸਮਝ ਆ ਜਾਏ ਤਾਂ ਗਰੀਬ ਨਵਾਜ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ ਉਸ ਮਨੁੱਖ ਦੇ ਲੋਕ ਇਸ ਉੱਪਰ ਲੋਕ